ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਵਾਪਰਿਆ ਵੱਡਾ ਹਾਦਸਾ। ਵਿਰੋਧ ਕਰ ਰਹੇ ਕਿਸਾਨਾਂ ਉੱਤੇ ਮੰਤਰੀ ਜੀ ਦੀ ਗੱਡੀਆਂ ਦਾ ਵਾਰ। ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਦੇਖਣ ਨੂੰ ਮਿਲਿਆ ਅਣਮਨੁੱਖੀ ਵਤੀਰਾ। ਸੜਕ ਦੇ ਕਿਨਾਰੇ 'ਤੇ ਖੜ੍ਹੇ ਕਿਸਾਨਾਂ ਨੂੰ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ਨੇ ਕੁਚਲਿਆ। ਅਕਾਲੀ ਦਲ ਵੱਲੋਂ ਇਸ ਘਟਨਾਕ੍ਰਮ 'ਤੇ ਚੁੱਕੇ ਗਏ ਵੱਡੇ ਸਵਾਲ। ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟ੍ਰੇਨੀ ਜੀ ਦੇ ਜਿਹੜਾ ਲੜਕਾ ਹੈ ਉਹਨੇ ਜਿਵੇਂ ਕਿਸਾਨਾਂ 'ਤੇ ਗੱਡੀ ਚੜ੍ਹਾਈ ਆ, ਦੋ ਮੌਤਾਂ ਹੋਈਆਂ ਕਿਸਾਨਾਂ ਦੀਆਂ, ਉਹ ਬਹੁਤ ਹੀ ਨਿੰਦਣਯੋਗ ਹੈ ਔਰ ਬੜਾ ਸਖ਼ਤ ਐਕਸ਼ਨ ਮਾਂ ਜੋ ਪ੍ਰਧਾਨ ਮੰਤਰੀ ਜੀ ਨੂੰ ਮੰਤਰੀ ਜੀ 'ਤੇ ਲੈਣਾ ਚਾਹੀਦਾ, ਕਿਉਂਕਿ ਸੱਤਾ ਦੇ ਨਸ਼ੇ ਵਿੱਚ ਜਿਸ ਤਰੀਕੇ ਨਾਲ ਇਹ ਗੁੰਡਾਗਰਦੀ ਹੋਈ ਆ, ਹਨੇਰਗਰਦੀ ਹੋਈ ਆ ਔਰ ਕਤਲੋਗਾਰਤ ਹੋਈ ਆ, ਇਹਦਾ ਜਵਾਬ ਤਾਂ ਹੁਣ ਮੋਦੀ ਸਾਹਿਬ ਦੀ ਸਰਕਾਰ ਨੂੰ ਦੇਣਾ ਪਏਗਾ। ਔਰ ਕਿਸਾਨ ਸੰਘਰਸ਼ ਲੜ ਰਹੇ ਨੇ, ਭੁੱਖਣ ਭਾਣੇ ਪਿਆਸੇ ਸੜਕਾਂ 'ਤੇ ਬੈਠੇ ਨੇ ਔਰ ਕਿਸਾਨਾਂ ਦੇ ਹੱਕ ਮੰਨਣ ਦੀ ਥਾਂ ਉਹਨਾਂ ਨੂੰ ਇਨਸਾਫ ਦੇਣ ਦੀ ਥਾਂ ਜੇ ਲਤਾੜ ਕੇ ਕਾਰਜ ਮੰਤਰੀਆਂ ਦੇ ਬੇਟੇ ਦਾਦਾਗਿਰੀ ਦਿਖਾਉਣਗੇ ਤਾਂ ਇਹਦਾ ਹਿਸਾਬ ਲੋਕ ਲੈਣਗੇ। ਮੈਂ ਸਮਝਦਾ ਇਹ ਉੱਤਰ ਪ੍ਰਦੇਸ਼ ਵਿੱਚ ਵਾਪਰੀ ਇਹ ਘਟਨਾ ਜਿਹੜੀ ਆ ਬਹੁਤ ਹੀ ਨਿੰਦਣਯੋਗ ਆ ਔਰ ਇਸ ਘਟਨਾ ਨੇ ਪਹਿਲਾਂ ਹੀ ਉੱਭਰ ਰਹੇ ਖੂਨ ਨੂੰ ਹੋਰ ਹਵਾਲਾ ਦਿੱਤਾ, ਪਹਿਲਾਂ ਹੀ ਰੋਸ ਅਤੇ ਵਿਦਰੋਹ ਵਿੱਚ ਪਏ ਲੋਕਾਂ ਨੂੰ ਹੋਰ ਮੈਂ ਸਮਝਦਾ ਰੋਸ ਵੱਲ ਧੱਕਿਆ ਔਰ ਇਸ ਗੱਲ ਦਾ ਇਨਸਾਫ ਕਿਸਾਨ ਜਿਹੜੇ ਲੈ ਕੇ ਰਹਿਣਗੇ। ਰਾਜ ਕੁਮਾਰ ਜੀ, ਯੂਪੀ ਮੇਂ ਕਿਸਾਨੋਂ ਕੇ ਸਾਥ ਜੋ ਘਟਨਾ ਹੋਈ ਉਸਕੇ ਬਾਰੇ ਮੇਂ ਕਿਆ ਕਹੇਂਗੇ? ਭਈਆ, ਕਿਸਾਨੋਂ ਕੇ ਉੱਪਰ ਤਾਲਿਬਾਨੀ ਹਮਲਾ ਹੋਆ ਹੈ, ਬੀਜੇਪੀ ਕੇ ਗੁੰਡੋਂ ਨੇ ਯਹ ਹਮਲਾ ਕੀਆ ਹੈ ਔਰ ਇਸਮੇਂ ਸਿੱਧੇ ਤੌਰ ਪਰ ਬੀਜੇਪੀ ਕੀ ਸਰਕਾਰ, ਜੋਗੀ ਜੀ ਕੀ ਸਰਕਾਰ ਜ਼ਿੰਮੇਵਾਰ ਹੈ ਔਰ ਵੋ ਕਿਸਾਨੋਂ ਕੀ ਆਵਾਜ਼ ਕੋ ਦਬਾਨਾ ਚਾਹਤੇ ਹੈਂ, ਕਿਸਾਨੋਂ ਕਾ ਗਲਾ ਘੋਟਨਾ ਚਾਹਤੇ ਹੈਂ ਔਰ ਜਿਸ ਤਰੀਕੇ ਸੇ ਹਰਿਆਣਾ ਕੇ ਮੁੱਖ ਮੰਤਰੀ ਜੀ ਕਾ ਕਿਸਾਨੋਂ ਕੋ ਲੇਕਰ ਵਿਰੋਧ ਆ ਬਾਸ ਬਿਆਨ ਆਇਆ ਹੈ, ਮੁਝੇ ਲਗਤਾ ਹੈ ਕਿ ਬੀਜੇਪੀ ਬੁਖਲਾ ਗਈ ਹੈ ਔਰ ਬੀਜੇਪੀ ਅਬ ਕਿਸਾਨੋਂ ਕੀ ਡਾਇਰੈਕਟ ਹੱਤਿਆ ਕੇ ਰੰਗ ਮੇਂ ਰੰਗ ਗਈ ਹੈ ਔਰ ਉਨਕੇ ਖੂਨ ਸੇ ਰੰਗ ਬੀਜੇਪੀ ਕੇ ਲੋਗੋਂ ਕੇ ਰੰਗੇ ਹੈ ਔਰ ਉਨਕੇ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਏ ਔਰ ਯੂਪੀ ਕੇ ਮੁੱਖ ਮੰਤਰੀ ਕੇ ਉੱਪਰ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਏ ਔਰ ਉਹਨੇ ਗ੍ਰਿਫਤਾਰ ਕਰਨਾ ਚਾਹੀਏ।